ਸੀ ਕਿ ਮੈਂ ਪਤਾ ਨਹੀਂ ਕਿੰਨੀਆਂ ਕੋਠੀਆਂ ਤੇ ਕੀ ਲੋਕਾਂ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨ ਜਾ ਰਹੀ ਹਾਂ। ਮੈਂ ਅੱਜ ਪੰਜਾਬ ਦੀ ਜਨਤਾ ਨੂੰ ਸਨਮੁਖ ਹੋ ਕੇ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਕਾਰਿਆਕਰਤਾ। ਆਮ ਆਦਮੀ ਪਾਰਟੀ ਕਦੇ ਵੀ ਨਹੀਂ ਇਹ ਚਾਹੁੰਦੀ ਕਿਸੇ ਵੀ ਪੰਜਾਬੀ ਨਾਲ ਕੋਈ ਧੱਕਾ ਹੋਵੇ, ਚਾਹੇ ਉਹ ਦੇਸ਼ ਦੀ ਧਰਤੀ 'ਤੇ ਹੋਵੇ ਜਾਂ ਵਿਦੇਸ਼ ਦੀ ਧਰਤੀ 'ਤੇ ਹੋਵੇ। ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਗੱਲ ਤੋਂ ਕੋਈ ਸ਼ਰਮ ਨਹੀਂ ਮਹਿਸੂਸ ਕਰਦੀ ਕਿ ਮੇਰਾ ਪੰਜਾਬ ਦੀ ਧਰਤੀ 'ਤੇ ਇੱਕ ਇੰਚ ਵੀ ਜਗ੍ਹਾ ਨਹੀਂ ਹੈ ਮੇਰੇ ਨਾਮ 'ਤੇ ਜਾਂ ਮੇਰੇ ਹਸਬੈਂਡ ਦੇ ਨਾਮ 'ਤੇ। ਦੋਨਾਂ ਦੀ ਸਾਡੀ ਆਪਣੀ ਕੋਈ ਪ੍ਰੋਪਰਟੀ ਨਹੀਂ, ਸਾਨੂੰ ਇਹਦੇ 'ਚ ਕੋਈ ਸ਼ਰਮ ਨਹੀਂ, ਕੋਈ ਸਾਨੂੰ ਐਸੀ ਗੱਲ ਨਹੀਂ ਵੀ ਜਿਹਦੇ ਤੋਂ ਅਸੀਂ ਮਹਿਸੂਸ ਕਰੀਏ ਸਾਡੀ ਜਿਹੜੀ ਜ਼ਰੂਰਤ ਆ ਅਸੀਂ ਉਹਨੂੰ ਪੂਰੀ ਕਰ ਰਹੇ ਹਾਂ। ਜਗਰਾਉਂ ਦੇ ਵਿੱਚ 2015 ਤੋਂ ਹੁਣ ਤੱਕ ਮੈਂ ਕਿਰਾਏ 'ਤੇ ਹੀ ਰਹਿੰਦੀ ਆ ਰਹੀ ਹਾਂ, ਇਸ ਤੋਂ ਪਹਿਲਾਂ ਵੀ ਮੈਂ 2 ਕੋਠੀਆਂ ਕਿਰਾਏ 'ਤੇ ਹੀ ਰਹੀ ਹਾਂ। ਜਦੋਂ ਵੀ ਉਹਨਾਂ ਦੇ ਮਾਲਕਾਂ ਨੇ ਮੈਨੂੰ ਕਿਹਾ ਵੀ ਸਾਨੂੰ ਕੋਠੀ ਦੀ ਰਿਕੁਆਇਰਮੈਂਟ ਆ, ਜਿਹੜਾ ਐਗਰੀਮੈਂਟ ਮੈਂ ਉਸ ਕੋਠੀ ਵਾਲਿਆਂ ਨਾਲ ਕੀਤਾ ਸੀ ਉਹੀ ਐਗਰੀਮੈਂਟ